ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਜਗਤਪੁਰਾ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚਿਆ ਦੋਸਤੋ। ਨੇੜੇ ਭਿੱਖੀ ਪਿੰਡ ਅਲਗੋਂ ਕੋਠੀ ਬਿਲਕੁਲ ਨਜ਼ਦੀਕ ਆ, ਵੀਰ ਸ਼ਮਸ਼ੀਰ ਦੇ ਕੋਲ ਆਏ ਹਾਂ ਦੋਸਤੋ। ਅਤੇ ਮੋਸਟਲੀ ਤੁਸੀਂ ਇਸ ਘਰੋਂ ਜਿਹੜੇ ਪਸ਼ੂ ਆ ਵੇਖਦੇ ਰਹਿੰਦੇ ਹੋ, ਅੱਜ ਤੁਹਾਨੂੰ ਜਿਹੜੇ ਦੋਸਤੋ ਪਸ਼ੂ ਦਿਖਾਉਣੇ ਆ, ਇੱਕ ਤਾਂ ਬਿਲਕੁਲ ਤਾਜ਼ੀ ਤੁਹਾਨੂੰ ਜਿਹੜੀ ਮੱਝ ਦਿਖਾਵਾਂਗੇ, ਇੱਕ ਤੋਕੜ ਗੱਭਣਾ, ਤੀਜੇ ਨੰਬਰ 'ਤੇ ਜਿਹੜੀ ਦੋਸਤੋ ਮੱਝ ਤੁਹਾਨੂੰ ਦਿਖਾਵਾਂਗੇ ਤੋਕੜ ਗੱਭਣਾ, ਠੀਕ ਆ। ਅਤੇ ਪੂਰੀ ਡਿਟੇਲ ਜਿਹੜੀ ਆ ਵੀਰ ਆਪਾਂ ਸ਼ਮਸ਼ੀਰ ਦੇ ਨਾਲ ਗੱਲਬਾਤ ਕਰਾਂਗੇ। ਅਤੇ ਜਿਹੜੀ ਦੋਸਤੋ ਇਹ ਨੀਲੀ ਦੀ ਸੈਕਿੰਡ ਨੰਬਰ 'ਤੇ ਤੁਸੀਂ ਆਹ ਵੇਖ ਰਹੇ ਹੋ ਮੱਝ, ਇਹ ਬਿਲਕੁਲ ਤਾਜ਼ੀ ਸੂਈ ਆ, ਕਿੰਨੇ ਕੁ ਦਿਨਾਂ ਦੀ ਸੂਈ ਆ, ਬੌਲੇ ਦੇ ਵਿੱਚ ਹੁਣ ਬਿਲਕੁਲ ਜਿਹੜਾ ਦੁੱਧ ਆਪਾਂ ਕਹਿ ਲਈਏ ਵੀ ਉਹ ਚੱਲਣ ਡਿਆ। ਅਤੇ ਇੱਕ ਪਹਿਲੇ ਨੰਬਰ 'ਤੇ ਜਿਹੜੀ ਦੋਸਤੋ ਇਹ ਤੁਸੀਂ ਨੀਲੀ ਰਾਵੀ ਦੇ ਵਿੱਚ ਪੈਂਦੀ ਜਿਹੜੀ ਦੋਸਤੋ ਨੀਲੀ, ਚਾਹੇ ਤੁਸੀਂ ਮੰਨ ਸਕਦੇ ਹੋ। ਇੱਕ ਕੱਟੀ ਦਿਖਾ ਦਾਂਗੇ, ਝੋਟੀ ਆ, ਮੂੰਹ ਪੂਰੀ ਆ ਅਤੇ ਸ਼ਕੀਨੀ ਸ਼ਕੂਨੀ ਪੂਰੀ ਆ, ਠੀਕ ਆ। ਇਹ ਵੀ ਵਿਕਾਊ ਆ, ਕਿਸੇ ਵੀਰ ਨੇ ਬਿਲਕੁਲ ਅੱਗੇ ਸਾਂਭਣ ਵਾਸਤੇ ਲੈ ਕੇ ਜਾਣੀ ਆ, ਤੁਸੀਂ ਇਹ ਵੀ ਲੈ ਕੇ ਜਾ ਸਕਦੇ ਹੋ। ਪੂਰਾ ਰੇਟ ਭਾਅ ਪੜਤਾ ਪੁੱਛਾਂਗੇ ਆਪਾਂ ਜਿੰਨੇ ਵੀ ਅੱਜ ਤੁਹਾਨੂੰ ਆਪਾਂ ਐਨੀਮਲ ਦਿਖਾਵਾਂਗੇ, ਠੀਕ ਆ। ਅਤੇ ਕੱਟੀ ਜਿਹੜੀ ਦੋਸਤੋ ਝੋਟੀ ਆ, ਬਿਲਕੁਲ ਬਣੀ ਥਣੀ ਆ, ਕੋਈ 2-4 ਮਹੀਨੇ ਤੁਸੀਂ ਸਾਂਭ ਲਓਗੇ ਅਤੇ ਅੱਗੇ ਜਿਹੜੀ ਦੋਸਤੋ ਬਿਲਕੁਲ AI ਦੇ ਕਾਬਲ ਆ, ਠੀਕ ਆ। ਅਤੇ ਪੂਰੀ ਗੱਲਬਾਤ ਆਪਾਂ ਕਰਦੇ ਹਾਂ ਵੀਰ ਸ਼ਮਸ਼ੀਰ ਦੇ ਨਾਲ, ਪੁੱਛ ਲੈਂਦੇ ਹਾਂ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ। ਅਤੇ ਪਸ਼ੂ ਜਿਹੜਾ ਵੀ ਦੋਸਤੋ ਤੁਹਾਨੂੰ ਪਸੰਦ ਆਊਗਾ, ਉਹਦੀ ਨਿਰਖ ਪਰਖਾ ਤਸੱਲੀ ਆ, ਘਰ ਵਿਜਿਟ ਕਰਕੇ ਤੁਸੀਂ ਚੁਵਾਈ ਕਰਕੇ ਕਰ ਸਕਦੇ ਹੋ, ਠੀਕ ਆ। ਸਭ ਤੋਂ ਪਹਿਲਾਂ ਵੀਰ ਸ਼ਮਸ਼ੀਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਵੀਰ ਜੀ, ਸਤਿ ਸ਼੍ਰੀ ਅਕਾਲ। ਹੋਰ ਕਾਇਮ ਜੀ? ਹਾਂਜੀ ਵਧੀਆ, ਚੜ੍ਹਦੀ ਕਲਾ, ਤੁਸੀਂ ਸੁਣਾਓ? ਬਹੁਤ ਵਧੀਆ ਵੀਰ ਜੀ, ਬਹੁਤ ਵਧੀਆ, ਠੀਕ ਠਾਕ। ਅੱਛਾ, ਅੱਜ ਪਸ਼ੂ ਵੀਰੇ ਆਪਣੇ ਕੋਲ 3 ਨੇ ਨਾਗ। ਹਾਂਜੀ 3 ਨਾਗ। ਇੱਕ ਤਾਂ ਬਿਲਕੁਲ ਤਾਜ਼ੀ ਨੀਲੀ ਦੇ ਵਿੱਚ ਹੀ ਪੈਂਦੀ ਆਪਣੇ ਕੋਲ ਇਹ ਮੱਝ ਆ ਗਈ ਆ। ਹਾਂਜੀ ਪਰਸੋਂ ਦੀ ਸੂਈ ਆ। ਪਰਸੋਂ ਦੀ ਸੂਈ ਆ। ਹਾਂਜੀ। ਤੇ ਇੱਕ ਤੋਕੜ ਗੱਭਣ ਦੇ ਵਿੱਚ ਵੀ ਆਪਾਂ ਲਿਆ ਕੇ ਰੱਖਿਆ, ਪੇਸ਼ ਕੀਤਾ। ਹਾਂਜੀ ਹਾਂਜੀ, ਠੀਕ ਆ। ਆ ਮੱਝ ਜਿਹੜੀ ਦੋਸਤੋ ਤੋਕੜ ਗੱਭਣਾ, ਠੀਕ ਆ। ਅਤੇ ਸੂਆ ਤੁਸੀਂ ਆਪਦੇ ਅਕੋਰਡਿੰਗ ਤੀਜਾ ਮੰਨ ਸਕਦੇ ਹੋ, ਚੌਥਾ ਮੰਨ ਲਿਓ, ਬਾਕੀ ਪੂਰੀ ਵੇਰਵੇ ਨਾਲ ਆਪਾਂ ਗੱਲਬਾਤ ਕਰ ਲੈਂਦੇ ਹਾਂ। ਅਤੇ ਝੋਟੀ ਜਿਹੜੀ ਆ ਬਹੁਤ ਸੋਹਣੀ ਆ, ਅੱਗੇ ਬਹੁਤੇ ਵੀਰਾਂ ਦੀ ਡਿਮਾਂਡ ਇੱਛਾ ਹੁੰਦੀ ਆ ਵੀ ਕੱਟੀ ਖਰੀਦਣ ਦੀ, ਠੀਕ ਆ, ਝੋਟੀ ਖਰੀਦਣ ਦੀ। ਅਤੇ ਕੁੰਡੀ ਜੂਰ ਆ, ਸ਼ਕੀਨੀ ਸ਼ਕੂਨੀ ਪੂਰੀ, ਇੱਕ ਵਾਰੀ ਆਪਾਂ ਤੁਹਾਨੂੰ ਉਹ ਦਿਖਾ ਦਿੰਦੇ ਹਾਂ, ਕਰੋ ਚੈੱਕ ਜੀ, ਠੀਕ ਆ। ਅਤੇ ਸ਼ਮਸ਼ੀਰ ਭਾਈ, ਪਹਿਲੇ ਨੰਬਰ 'ਤੇ ਆਪਾਂ ਇਸ ਝੋਟੀ ਤੋਂ ਹੀ ਸਟਾਰਟ ਕਰ ਲਈਏ ਵੀ ਉਮਰ ਇਹਦੀ ਕਿੰਨੀ ਕੁ ਜੀ? ਉਮਰ ਵੀਰ ਜੀ 2.5 ਤੋਂ 3.5 ਸਾਲ ਦੀ ਹੋ ਚੱਲੀ ਹੈ। 2.5 ਤੋਂ 3.5 ਸਾਲ ਦੀ? ਦੋਂਦੀ ਹੈ, ਦੋ ਦੰਦ। ਦੋ ਦੰਦ ਹੋ ਗਈ ਹੈ ਜੀ? ਹਾਂਜੀ ਠੀਕ ਆ, ਦੋਂਦੀ ਆ, ਠੀਕ ਆ। ਅਤੇ ਬਾਕੀ ਮਾਰਕਿੰਗ ਜਿਹੜੀ ਆ ਦੋਸਤੋ ਵੇਖੋ, ਮਗਰਲੇ ਪੈਰ ਬਿਲਕੁਲ ਧੋਤੇ ਆ, ਠੀਕ ਆ। ਅਤੇ ਥੋੜ੍ਹਾ ਜਿਹਾ ਯਾਦ ਨਸਲ ਦੇ ਵਿੱਚ ਪਸ਼ੂ ਆ ਜਾਂਦਾ ਅਤੇ ਥੋੜ੍ਹੀ ਜਿਹੀ ਕ੍ਰੋਸ ਵੀ ਕਹਿ ਸਕਦੇ ਹਾਂ। ਬਾਕੀ ਝੋਟੀ ਤੁਸੀਂ ਵੇਖੋਗੇ, ਸਿੰਗੀ ਵੇਖੋਗੇ, ਅਤੇ ਬਹੁਤ ਪਿਆਰੀ ਸਿੰਗੀ ਆ, ਸ਼ਕੀਨੀ ਸ਼ਕੂਨੀ ਪੂਰੀ ਆ, ਵੇਖ ਸਕਦੇ ਹੋ ਤੁਸੀਂ ਮੱਥਾ ਬੱਲਾ। ਅਤੇ ਬਿਲਕੁਲ ਠੋਡੀ ਦੇ ਵੀ ਉੱਪਰ ਜਿਹੜਾ ਦੋਸਤੋ ਦਾਗ ਹੈਗਾ, ਵਾਈਟ ਨਿਸ਼ਾਨ ਆ। ਅਤੇ 2 ਦੰਦ ਹੋ ਗਈ ਆ, ਠੀਕ ਆ। ਅਤੇ ਕੋਈ ਮਦਰ ਮੁਦਰ ਦਾ ਇਹਦਾ ਮਿਲਕ ਪਤਾ ਜੀ ਆਪਾਂ ਨੂੰ ਜਿੱਥੋਂ ਲਈ ਆ? ਇਹਦੀ ਮਾਂ ਵੀਰ ਜੀ 13-14 ਕਿਲੋ ਦੁੱਧ ਕਰਦੀ ਹੋਈ ਆ। ਹਾਂਜੀ, ਅਸੀਂ ਆਪਦੇ ਨਾਨਕਿਆਂ ਤੋਂ ਲਈ ਆ। ਅੱਛਾ ਜੀ, ਲਾਖਣੇ ਤੋਂ? ਲਾਖਣੇ ਤੋਂ? ਹਾਂਜੀ, ਉਹਨਾਂ ਕੋਲ ਬਿਲਕੁਲ ਬਾਰਡਰ ਬਰੀਡ ਹੀ ਆ ਗਈ ਆ। ਹਾਂਜੀ, ਉਹਨਾਂ ਕੋਲ ਚੰਗੀ ਚੰਗੀ ਮੱਝ ਆ, 13-14 ਕਿਲੋ ਇਹਦੀ ਮਾਂ ਦਾ ਰਿਕਾਰਡ। 13-14 ਕਿਲੋ? ਹਾਂਜੀ। ਤੇ 13-14 ਕਿਲੋ ਬਹੁਤ ਹੁੰਦਾ ਜੀ? ਹਾਂਜੀ, ਹਨਾ, ਤੇ ਉਹਦਾ ਰਿਕਾਰਡ ਆ। ਬਾਕੀ ਸੀਮਨ ਬਾਰੇ ਨਹੀਂ, ਆਪਾਂ ਉਦੋਂ ਪੁੱਛਿਆ ਵੀ ਸੀਮਨ ਕਿਹੜਾ ਭਰਾਇਆ ਸੀ, ਸੀਮਨ ਦੀ ਹੋਣੀ ਪਤਾ? ਹਾਂਜੀ, ਇਹਦੇ ਬਾਰੇ ਨਹੀਂ ਪਤਾ, ਜਿਹੜੇ ਬਾਰੇ ਆਪਾਂ ਨੌਲੇਜ ਨਹੀਂ ਉਹ ਨਹੀਂ ਆਪਾਂ ਗੱਲ ਕਹਿ ਸਕਦੇ। ਬਿਲਕੁਲ ਜੀ, ਬਿਲਕੁਲ। ਬਾਕੀ ਬਣੀ ਬੱਤਰੀ ਆ, ਝੋਟੀ ਆ ਦੋਸਤੋ, ਪਿਆਰੀ ਝੋਟੀ ਆ। ਮੈਂ ਤੁਹਾਨੂੰ ਖੋਲ੍ਹ ਕੇ ਬਾਹਰ ਤਸੱਲੀ ਨਾਲ ਤੋਰ ਕੇ ਦਿਖਾਉਣਾ, ਲਾਡੀ ਵੀਰੇ ਖੋਲ੍ਹ ਕੇ ਦਿਖਾਈਏ ਮਾੜਾ ਜਿਹਾ। ਅਤੇ ਬਿਲਕੁਲ ਥਣ ਲੇਵਾ ਜਿਹੜੀ ਝੋਲੀ ਆ ਦੋਸਤੋ ਤੁਹਾਨੂੰ ਦਿਖਾ ਦਾਂਗੇ ਅਤੇ ਪੂਰੀ ਗੱਲਬਾਤ ਤੁਹਾਨੂੰ ਜਿਹੜੀ ਸਮਝ ਆ ਜੂਗੀ, ਠੀਕ ਹੈ। ਆਹ ਦੇਖੋ ਜੀ ਵੀ ਬਿਲਕੁਲ ਪਤਲੀ ਜੀ ਦੋਸਤੋ ਚਮੜੀ ਆ, ਸਕਿਨ ਵਾਈਜ਼ ਪਤਲੀ ਆ। ਅਤੇ ਝੋਟੀ ਜਦੋਂ ਦੋਸਤੋ ਤਿਆਰ ਹੋ ਗਈ ਵੀ ਆਪਾਂ ਜੱਜਮੈਂਟ ਕਰ ਸਕਦੇ ਹਾਂ ਵੀ ਬਹੁਤ ਵੱਡੇ ਕੱਦਕਾਰ ਦੀ ਹੋਵੇਗੀ। ਬਾਕੀ ਸੇਵਾ ਸਾਂਭ ਜਿਹੜਾ ਵੀ ਚੰਗੀ ਸੋਹਣੀ ਕਰ ਲੂਗਾ ਅਤੇ ਉਹ ਤੁਸੀਂ ਦੋਸਤੋ ਝੋਟੀ ਹੋਰ ਵੀ ਬੜੀ ਸੋਹਣੀ ਬਣਾ ਸਕਦੇ ਹੋ, ਵੱਡੀ ਕੱਦ ਪੁੱਤ ਵੀ ਜਿਹੜੀ ਝੋਟੀ ਬਣ ਜੂਗੀ, ਠੀਕ ਆ।
ਤੇ ਥਣ ਤੋਂ ਮੈਂ ਤੈਨੂੰ ਜਿਹੜੀ ਹੈਗੀ ਝੋਲੀ ਝਾਲੀ ਦਿਖਾਉਣ ਦੀ ਕਰਦਾ ਕੋਸ਼ਿਸ਼, ਠੀਕ ਆ। ਹਾਂਜੀ, ਮੁੱਠੀ ਲਾ ਬਣ ਕੇ ਤਿਆਰ ਹੋਇਆ ਥਣ, ਸੋਹਣੀ ਜਿਹੜੀ ਸ਼ੇਪ ਆ ਥਣਾਂ ਦੀ, ਵਿੱਥ ਵਿਰਲ ਵੀ ਚੰਗੀ ਆ। ਤੇ ਬਾਕੀ ਆ ਜਿਹੜਾ ਥੋੜਾ ਜਿਹਾ ਤੁਹਾਨੂੰ ਸਵੈਲਿੰਗ ਨਜ਼ਰ ਆ ਰਹੀ ਆ, ਕੋਈ ਵੱਧ ਚਿੱਚੜ ਹੋਣ ਕਰਕੇ ਪਈ ਜਾਂਦਾ ਵੀ ਆਪਾਂ ਇੱਥੇ ਆ ਕੇ ਥੋੜਾ ਟ੍ਰੀਟਮੈਂਟ ਕੀਤਾ, ਦਵਾਈ ਦਵੂਈ ਲਾਈ ਆ, ਠੀਕ ਆ। ਅਤੇ ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਸਕਦੇ ਹੋ। ਅਤੇ ਆਹ ਵੇਖੋ ਕਿਸੇ ਤਰ੍ਹਾਂ ਦੀ ਵੀ ਆਪਾਂ ਕਹਿ ਲਈਏ ਨਾ ਵੀ, ਆਹ ਵੇਖੋ ਜਿਵੇਂ ਮਰਜ਼ੀ ਮਰੂੜੀ ਤੁਹਾਡੀ ਜਾਓ, ਹੱਡੀ ਤਾਂ ਹੈ ਨਹੀਂ ਪੂਛ ਦੇ ਵਿੱਚ, ਠੀਕ ਆ। ਅਤੇ ਸ਼ਕੀਨੀ ਬਹੁਤ ਸੋਹਣੀ ਆ, ਸਿੰਗੀ ਸੁੰਗੀ ਬਹੁਤ ਪਿਆਰੀ ਆ। ਬਹੁਤ ਇਹ ਵੀਰ ਜਿਹੜੇ ਆ ਸ਼ਕੀਨ ਪਸ਼ੂ ਭਾਲਦੇ ਹੋ ਤੁਸੀਂ, ਉਸ ਟਾਈਪ ਦੀ ਜਿਹੜੀ ਇਹ ਝੋਟੀ ਆ। ਅਤੇ ਵੀਰ ਸ਼ਮਸ਼ੇਰ ਕਿੰਨੀ ਕੁ ਡਿਮਾਂਡ ਫਿਰ ਲੈਣ ਦੇਣ? ਇਹਦਾ ਡਿਮਾਂਡ ਵੀਰ ਜੀ 32,000 ਰੁਪਇਆ ਹੈ। ਹਾਂਜੀ, ਲੈਣ ਦੇਣ ਆਪਾਂ ਇਹਦਾ 30,000 ਦੀ ਦੇ ਦਾਂਗੇ। 30 ਦੀ? ਹਾਂਜੀ। ਅੱਛਾ ਜੀ, ਇਹ ਤੋਂ ਥੱਲੇ ਨਹੀਂ ਆਪਾਂ ਦੇਣੀ। ਅੱਛਾ ਜੀ, 30,000 ਦੀ ਆਪਾਂ ਐਂਡ 30 ਦੀ ਦੇਣਾ। ਠੀਕ ਹੈ ਜੀ, ਐਂਡ ਵੀਰੋ 30,000 ਆ, ਠੀਕ ਆ। ਹਾਂ ਨਾ, ਜਿਹੜਾ 30,000 ਆ, 32,000 ਤਾਂ ਜਿਹੜੀ ਡਿਮਾਂਡ ਆ, ਠੀਕ ਆ। ਅਤੇ 30,000 ਜਿਹੜਾ ਲੈਣ ਦੇਣ ਵਾਲਾ ਮੁੱਲ ਆ। ਇਸ ਤੋਂ ਬਾਅਦ ਇੱਕ ਸੈਕਿੰਡ ਨੰਬਰ 'ਤੇ ਜਿਹੜੀ ਤੁਹਾਨੂੰ ਇਹ ਆਪਾਂ ਮੱਝ ਦਿਖਾਉਣੀ ਆ, ਇਹ ਵੀ ਤਾਜ਼ੀ ਸੂਈ ਸਵਾਈ ਹੈ, ਠੀਕ ਆ। ਆਹ ਦੇਖੋ ਜੀ, ਤਾਂ ਦੇਣੇ ਨੂੰ ਕਿੰਨੇ ਕੁ ਹੋ ਗਿਆ ਜੀ ਮੱਝ ਨੂੰ? ਪਰਸੋਂ ਦੀ? ਹਾਂਜੀ, ਅਜੇ ਬੋਲੀ ਬਣਦੀ ਹੈ। ਲਓ ਜੀ, ਨਾਰੂ ਬੱਚੇ ਦੇ ਨਾਲ ਦੇਖੋ, ਅੱਜ ਤੀਜਾ ਦਿਨ ਆ ਜੀ, ਅੱਜ ਤੀਜਾ ਦਿਨ ਹੈ, ਠੀਕ ਆ। ਬੱਚੇ ਦੇ ਬਿਲਕੁਲ ਨਾਲ ਨਾਰੂ ਆ, ਤੇ ਅੱਜ ਤੀਜਾ ਦਿਨ ਆ, ਮੇਲ ਕਾਫ ਥੱਲੇ ਕੱਟਾ। ਤੇ ਵੀਰ ਸ਼ਮਸ਼ੇਰ ਕਿੰਨਾ ਕੁ ਹੁਣ ਬੋਲੇ ਦੇ ਵਿੱਚ? ਇਹ ਥੱਲੇ ਵੀਰ ਜੀ 8 ਕਿਲੋ ਬੋਲਾ ਇਸ ਟਾਈਮ ਤਿਆਰ ਆ। ਹਾਂਜੀ, ਆਪਾਂ 9 ਵੀ ਹੋਊਗਾ ਤੇ ਹੋ ਸਕਦਾ, ਪਰ ਆਪਾਂ 8 ਹੀ ਆਖਾਂਗੇ। ਦੋਵੇਂ ਟਾਈਮ ਕੋਈ ਆਵੇ ਮੇਰਾ ਵੀਰ, ਚੋ ਕੇ ਦੋ ਟਾਈਮ ਤਸੱਲੀ ਕਰਕੇ ਖੜੇ, ਇੱਥੇ ਤਸੱਲੀ ਕਰ ਲੈਣ, ਕੱਲ ਨੂੰ ਜੇ 2-4 ਦਿਨ ਚੋ ਕੇ ਲਾਮਾ ਦੇਣਾ ਵੀ ਦੁੱਧੋਂ ਖੜ ਗਈ ਜਾਂ ਕਿਸ ਤਰ੍ਹਾਂ, ਉਹਨੇ ਇੱਥੇ ਆਪਣੇ ਘਰ ਆਣ ਕੇ ਤਸੱਲੀ ਕਰਕੇ ਖੜ ਸਕਦੇ। ਦੋ ਡੰਗ ਚੋ ਲੈਣ, 3 ਡੰਗ ਚੋ ਲੈਣ, ਕੋਈ ਭੂਰ ਨਹੀਂ, ਕੋਈ ਛੱਟਾ ਨਹੀਂ ਥਣ ਚ, ਤੇ ਕੋਈ ਥਣ ਘੱਟ ਵੱਧ ਨਹੀਂ, ਤੇ ਆਪਦੀ ਚੋ ਕੇ ਤਸੱਲੀ ਕਰਕੇ ਖੜਨ। ਪਰਸੋਂ ਦੀ ਸੂਈ ਜੀ। ਲਓ ਵੀ ਭਰਾਵੋ, ਆਹ ਮੱਝ ਆ, ਠੀਕ ਆ। ਮਾਰਕਿੰਗ ਵੇਖ ਲਈਏ, ਥੋੜ੍ਹਾ ਜਿਹਾ ਨੀਲੀ ਦਾ ਪੱਖ ਆ, ਠੀਕ ਆ, ਨੀਲੀ 'ਚ ਮੈਂ ਆ ਜਾਂਦੀ ਹੈ, ਮੱਥਾ ਮੁੱਥਾ ਬੰਨਾ। ਅਤੇ ਤੀਜੇ ਸੂਬੇ ਦੇ ਵਿੱਚ ਤੀਜਾ ਸੂਬਾ ਹੀ ਨਾ? ਹਾਂਜੀ, ਤੀਜਾ ਹੀ ਸੂਬਾ, ਠੀਕ ਆ। ਅਤੇ ਤੀਜਾ ਸੂਬਾ ਸੂਈ ਆ, ਠੀਕ ਆ। ਆਹ ਫੇਸ ਕੁਆਲਿਟੀ ਆ, ਅਤੇ ਖੋਲ੍ਹ ਕੇ ਆਪਾਂ ਤੋਰ ਕੇ ਦਿਖਾਉਣੇ ਤੁਹਾਨੂੰ। ਖੋਲ੍ਹੋ ਜੀ, ਆਹ ਲਓ ਜੀ, ਠੀਕ ਆ। ਅਤੇ ਬਿਲਕੁਲ ਜਿਹੜੀ ਦੋਸਤੋ ਸਕਿੰਨ ਵਾਈਜ਼ ਵੇਖੀ ਹੈ, ਸਕਿੰਨ ਬਿਲਕੁਲ ਪਤਲੀ ਜੀ ਹੈ, ਤਾਂ ਬਰੀਕ ਚਮੜੀ ਹੈ, ਠੀਕ ਆ। ਅਤੇ 8-9 ਜਿਹੜਾ ਦੋਸਤੋ ਹੁਣ ਪੌੜਾ ਹੈ। ਬਾਕੀ ਵੀਰ ਸ਼ਮਸ਼ੇਰ ਨੇ ਕਿਹਾ ਵੀ ਘੱਟੋ ਘੱਟ ਵੀ ਕੋਈ ਵੀਰ 2 ਡੰਗ ਚੋਵੇ, ਕੋਈ 4 ਚੋਲੇ, ਵੀ ਕੋਈ ਵੀ ਵੀਰ ਤਸੱਲੀ ਜਿਹੜੀ ਆ ਘਰ ਪਹੁੰਚ ਕੇ ਕਰ ਸਕਦੇ ਹੋ, ਆ ਵੇਖੋ ਜੀ, ਠੀਕ ਆ। ਅਤੇ ਲੰਬਾਈ ਲੰਬੀ ਵੇਖੋ ਤੁਸੀਂ, ਬੇਲ ਬੋਲ ਦੀ ਵੇਖੋ ਲੰਬੀ ਕਿੰਨੀ ਜਾਂਦੀ ਹੈ, ਅਤੇ ਕੱਦ ਕਾਠੀ ਠੀਕ ਆ, ਠੀਕ ਹੈ, ਕੱਦ ਕਾਠੀ ਸੋਹਣਾ ਹੈਗਾ। ਅਤੇ ਬਾਕੀ ਬਰਾਤ ਨਾਲ ਜਿਹੜਾ ਲੇਵਾ ਦੋਸਤੋ ਸਟਰਕਚਰ ਆ ਹਵਾਨੇ ਦਾ, ਉਹ ਵੀ ਕਾਫੀ ਜ਼ਿਆਦਾ ਸੋਹਣਾ, ਥਣ ਥੁਣ ਲੰਬਾਈ ਦੇ ਵਿੱਚ ਵਧੀਆ। ਲਓ ਜੀ, ਠੀਕ ਆ ਲਾਡੀ ਵੀਰ, ਇਹਨੂੰ ਥੋੜ੍ਹਾ ਇੱਕ ਵਾਰੀ ਹੋਰ ਤੋਰ ਦਿਓ, ਲੰਮਾ ਇਹਨੂੰ ਐਨੂੰ ਤੋਰ ਦਿਓ ਜੀ, ਸਿੱਧਾ ਹੀ ਤੋਰ ਦਿਓ। ਠੀਕ ਆ ਜੀ, ਬਾਕੀ ਪੱਧਰ ਜਿਹੜਾ ਦੋਸਤੋ ਲੇਵਾ ਹੈਗਾ, ਬਾਕੀ ਥਣ ਦਾ ਜਿਹੜਾ ਸਾਈਜ਼ ਆ, ਹਵਾਨੇ ਦਾ ਜਿਹੜੀ ਕੁਆਲਿਟੀ ਆ, ਉਹ ਤੁਹਾਡੇ ਸਾਹਮਣੇ ਆ, ਬਿਲਕੁਲ ਆ ਦੇਖ ਸਕਦੇ ਹੋ, ਠੀਕ ਆ।
ਲਓ ਵੀ ਤੇ ਸ਼ਮਸ਼ੇਰ ਭਾਈ ਜੀ, ਚਵਾਈ ਚ ਵੀ ਸੋਹਣੀ ਨਿਕਲੀ ਆ। ਚਵਾਈ ਬਿਲਕੁਲ ਕੋਈ ਭੂਤ ਛੱਟਾ ਨਹੀਂ ਜਿਉਂ ਥਣਾ ਚ। ਅੱਛਾ, ਚੋਣ ਸਾਰੀ ਐ ਬਹੁਤ ਵਧੀਆ ਤੇ ਪੋਲੀ ਠੀਕ ਹੋ ਗਈ। ਠੀਕ ਆ, ਹਾਂਜੀ। ਮੈਂ ਕਈ ਵਾਰ ਆਉਂਦਾ ਵੀ ਲੇਡੀਜ਼ ਨੇ ਚਵਾਈ ਕਰਨੀ ਤੇ ਸੌਖੇ ਰਹਿਣਗੇ। ਮੈਂ ਨਾ ਬਿਲਕੁਲ ਪੋਲੀ ਭੂ ਕਰ ਗਈ ਹੈ ਜਿਵੇਂ, ਹਾਂ ਮੇਰੇ ਕੋਈ ਭੂਰ ਨਹੀਂ, ਕੋਈ ਛੱਟਾ ਨਹੀਂ। ਜਾਂ ਤੇ ਜੇ ਬੱਚਾ ਲਾ ਕੇ ਤੁਹਾਨੂੰ ਉਠਾ ਦੇਣੇ, ਚੈੱਕ ਕਰਾ ਦਿੰਦੇ। ਹਾਂ ਭਾਈ ਜੀ, ਕੋਈ ਨਹੀਂ, ਸ਼ਮਸ਼ੇਰ ਵੀਰੇ ਕਰਾ ਦਿਓ, ਚੈੱਕ ਕਰਾ ਦਿਓ, ਜਾਂ ਬਾਲਟੀ ਕਰਾ ਦਿਓ, ਬਾਲਟੀ ਲਿਆ ਕੇ ਚੈੱਕ ਕਰਾ ਦਿਓ ਜੀ। ਤੇ ਆਹ ਦੋਸਤੋ ਵੀਰ ਸ਼ਮਸ਼ੇਰ ਦੇ ਕੋਲੇ ਮੱਝ ਆ, ਨੀਲੀ ਦਾ ਪਾਖਾ ਮੈਂ ਤਾਂ ਕਰਕੇ ਕਿਹਾ ਦੋਸਤੋ, ਮਾਰਕਿੰਗ ਵਗੈਰਾ ਵੇਖੀਏ ਤੇ ਬੋਡੀ ਬਣਤਰ ਵੇਖੀਏ ਤੇ ਬਾਰਡਰ ਬਰੀਡ ਦੇ ਨਾਲ ਜਿਹੜੇ ਦੋਸਤੋ ਪਸ਼ੂ ਇੱਥੇ ਨੇੜੇ ਬੰਨੇ ਜਦੋਂ ਵਪਾਰ ਦੀ ਲਾਈਨ ਦੇ ਵਿੱਚ ਆਉਂਦੇ ਆ ਤੇ ਆਪਾਂ ਕਹਿ ਦਿੰਦੇ ਹਾਂ ਵੀ ਬਿਲਕੁਲ ਬਾਰਡਰ ਬਰੀਡ ਦੇ ਪਸ਼ੂ ਆ, ਤੇ ਚਵਾਈ ਸੋਹਣੀ ਲੱਗੀ ਹੋਈ, ਤੁਸੀਂ ਸੌਦਾ ਕਰ ਸਕਦੇ ਹੋ। ਬਾਕੀ ਹੁਣ ਪ੍ਰਤੱਖ ਜਿਹੜਾ ਤੁਹਾਨੂੰ ਵਿਖਾਈ ਦੇਣਾ ਆਪਾਂ, ਬਿਲਕੁਲ ਤੁਸੀਂ ਵੀਡੀਓ ਨੂੰ ਦੇਖ ਲਿਓ ਧਿਆਨ ਦੇ ਨਾਲ। ਆਹ ਥਣ ਥੁਣ ਤਾਂ ਵਧੀਆ ਵਿਖਾਉਂਦੀ ਆ, ਵਿੱਥਾਂ ਵੁੱਥਾਂ ਬੜੀਆਂ ਸੋਹਣੀਆਂ ਨੇ। ਆਹ ਵੇਖੋ, ਆਹ ਕਰੋ ਚੈੱਕ ਜੀ, ਬਾਕੀ ਜਿਹੜਾ ਬੱਚਾ ਦੋਸਤੋ ਛੱਡ ਦਿੱਤਾ, ਠੀਕ ਹੈ ਜੀ। ਅਤੇ ਪਸਮਾ ਹੋਣ ਤੋਂ ਬਾਅਦ ਆਪਾਂ ਚੌਵੇਂ ਥਣ ਜਿਹੜੇ ਹੈਗੇ ਆ, ਚਾਰੇ ਥਣ ਉਹ ਭਰਾ ਕੇ ਦਿਖਾ ਦੇਣੇ ਹਨ ਤਸੱਲੀ ਦੇ ਨਾਲ। ਅਤੇ ਬਾਕੀ ਤੁਸੀਂ ਆਪਦੀ ਵੈਰੀਫਾਈ ਕਰਨੀ ਹੋਵੇ, ਠੀਕ ਆ, ਤਸੱਲੀ ਤੁਸੀਂ ਆਪਦਾ 2 ਡੰਗ 4 ਡੰਗ ਆਪਦੇ ਟਾਈਮ 'ਚੋਂ ਟਾਈਮ ਕੱਢਣਾ ਤੁਹਾਡੀ ਜ਼ਿੰਮੇਵਾਰੀ ਹੈ, ਠੀਕ ਹੈ ਜੀ। ਆਹ ਦੇਖੋ ਜੀ, ਆਹ ਜੀ, ਸੋ ਦੋਸਤੋ ਪਸਮਾ ਹੋ ਗਿਆ, ਠੀਕ ਹੈ ਜੀ। ਬਾਕੀ ਆਹ ਥਣ ਦਾ ਸਹਿਜ ਪਸਮਣ ਤੋਂ ਬਾਅਦ ਜਿਹੜਾ ਤੁਸੀਂ ਆਹ ਦੇਖ ਸਕਦੇ ਹੋ, ਠੀਕ ਹੈ ਜੀ। ਠੀਕ ਹੈ ਵੀਰ, ਆਹ ਦੇਖੋ ਜੀ, ਆਹ ਮਗਰਲੇ ਥਣਾਂ ਦੀ ਚਵਾਈ ਹੈ ਜੀ, ਠੀਕ ਹੈ, ਐਨ ਪੋਲੀ ਹੈ ਜੀ। ਹੈ ਕੋਈ ਭੂਰ ਨਹੀਂ, ਕੋਈ ਛੱਟਾ ਨਹੀਂ ਕਿਸੇ ਤਰ੍ਹਾਂ। ਲਓ ਜੀ, ਚਵਾਈ ਬਹੁਤ ਵਧੀਆ, ਠੀਕ ਹੈ ਜੀ। ਆਰਾਮ ਨੂੰ ਵੇਖੋ, ਬਿਲਕੁਲ ਉਂਗਲ ਜਿਹੜੀ ਮੋਟੀ ਧਾਰ ਆ। ਸੋ ਚਵਾਈ ਜਿਹੜੀ ਹੈ ਦੋਸਤੋ ਬਹੁਤ ਵਧੀਆ ਲੱਗੀ ਹੈ, ਠੀਕ ਆ। ਬਾਕੀ ਫਰਜ਼ ਬਣਦਾ ਸੀ, ਬਾਈ ਸ਼ਮਸ਼ੇਰ ਨੇ ਵੀ ਕਿਹਾ ਵੀ ਚਵਾਈ ਕਰਕੇ ਆਪਾਂ ਦਿਖਾਉਣੀ ਜ਼ਰੂਰ ਆ। ਹੋ ਸਕਦਾ ਵੀ ਕਿਸੇ ਵੀਰ ਦਾ ਔਨਲਾਈਨ ਖਰੀਦਣ ਦਾ ਜਿਹੜਾ ਦੋਸਤੋ ਇਰਾਦਾ ਬਣਦਾ ਹੋਵੇ, ਅਤੇ ਉਹਨਾਂ ਵੀਰਾਂ ਲਈ ਖਾਸ ਤੌਰ 'ਤੇ ਆ। ਬਾਕੀ ਜਿਹੜੇ ਵੀਰ ਖਾਸ ਤੌਰ 'ਤੇ ਘਰ ਸਰਦਾ ਪਹੁੰਚ ਸਕਦੇ ਹੋ, ਨੇੜੇ ਬੰਨੇ ਹੋ, ਠੀਕ ਆ, ਉਹ ਤੁਸੀਂ ਆਪਦੀ ਘਰ ਵਿਜਿਟ ਕਰ ਲਿਓ। ਅਤੇ ਬਹੁਤ ਹੀ ਦੋਸਤੋ ਨੀਲੀ ਦੇ ਪਸ਼ੂ ਗੱਲ ਕਰ ਲਈਏ, ਰਾਵੀ ਦੀ ਗੱਲ ਕਰ ਲਈਏ, ਠੰਡੇ ਧੀਰੇ ਪਸ਼ੂ ਹੁੰਦੇ ਆ, ਅਤੇ ਇਹ ਤੁਸੀਂ ਆਪਦੀ ਵੈਰੀਫਾਈ ਕਰ ਲਿਓ। ਚਵਾਈ ਵੇਖ ਸਕਦੇ ਤੁਸੀਂ, ਬਿਲਕੁਲ ਪੋਲੀ ਚਵਾਈ ਆ, ਵਿਖਾਉਣ ਦਾ ਜਿਹੜਾ ਮਕਸਦ ਹੈ। ਅਤੇ ਆਹ ਬਿਲਕੁਲ ਬੋਲੇ ਦੇ ਵਿੱਚ ਅੱਜ ਤੀਜੇ ਦਿਨ ਦੇ ਦੌਰਾਨ, ਠੀਕ ਆ। ਤੇ ਰੇਟ ਭਾਅ ਪੜਤਾ ਵੀ ਜਿਹੜਾ ਦੋਸਤੋ 78,000 ਆ, ਉਹਦੇ ਚ ਮਾਨਤਾ ਨਾ 1,000 ਰੁਪਏ ਕਹਿਦਾ ਸੀਗਾ, 2,000 ਰੁਪਇਆ ਮਾਨਤਾ ਕਰਦਾ, 76 ਦੀ ਹੁੰਦੀ ਫਿਰ, 76,000 ਦੀ ਦੇਦਾ।
ਠੀਕ ਹੈ ਜੀ, 76,000 ਦੀ, ਠੀਕ ਹੈ ਜੀ। ਬਾਕੀ ਬੇਲ ਬੂਲ ਦੀ ਲੰਬਾਈ ਵੇਖੋਗੇ ਤੁਸੀਂ, ਬੇਲ ਪੱਕ ਵੇਖੋਗੇ ਤਾਂ ਲੰਬਾਈ ਲੰਬਾਈ ਪੂਰੀ ਹੈ, ਅਤੇ ਆਪਦੀ ਜ਼ਰੂਰ ਪਹੁੰਚ ਕਰ ਲਿਓ। ਇਸ ਤੋਂ ਬਾਅਦ ਇੱਕ ਤੁਹਾਨੂੰ ਹੋਰ ਆਪਾਂ ਦਿਖਾਉਣੀ ਹੈ ਮੱਝ, ਠੀਕ ਹੈ ਜੀ, ਤੋਕੜ ਗੱਭਣ ਆ, ਉਹਦੀ ਗੱਲਬਾਤ ਆਪਾਂ ਕਰ ਲੈਂਦੇ ਹਾਂ। ਅੱਛਾ ਭਾਅ ਜੀ, ਸ਼ਮਸ਼ੇਰ ਸਿੰਘ, ਇਹ ਤੋਕੜ ਗੱਭਣ ਆ ਗਈ ਆਪਣੇ ਕੋਲ? ਹਾਂਜੀ, ਇਹ ਤੋਕੜ ਗੱਭਣ ਹੈ ਜੀ। ਅਤੇ ਕਿੰਨੇ ਕੁ ਸਮੇਂ ਦੀ ਗੱਭਣ? ਇਹ 4 ਮਹੀਨਿਆਂ ਦੀ ਗੱਭਣ ਆ, ਚੈੱਕ ਪਾਸ ਆ, ਹਾਂਜੀ, ਸੈਂਟਰ ਚੈੱਕ ਕਰਾਈ ਆ, ਹਾਂਜੀ, ਆਪਾਂ 3.5 ਮਹੀਨਿਆਂ ਦੀ ਆ ਕੇ ਦੇਵਾਂਗੇ। 3.5 ਮਹੀਨੇ? ਹਾਂਜੀ, ਹੈਗੀ 4 ਮਹੀਨਿਆਂ ਦੀ ਆ। ਆਪਣੇ ਹੱਥੀ ਹੋਈ ਹੈ ਚੈੱਕ? ਹਾਂਜੀ, ਅਸੀਂ ਆਪਦੇ ਘਰ ਇੱਥੇ ਹੱਥੀ ਚੈੱਕ ਕਰਾਈ। ਦੁੱਧ ਹੁਣ ਆਪਣਾ ਕਿਸੇ ਨੇ ਚੋ ਲੈਣਾ, ਉਹ ਕਿੰਨਾ ਬਲ ਦੇ? ਇਹ ਟਾਈਮ 7 ਕਿਲੋ ਦੁੱਧ ਆ, ਆਪਾਂ 6 ਆ ਕੇ ਦੇਵਾਂਗੇ। 6 ਆ ਕੇ? ਹਾਂਜੀ, 7 ਕਿਲੋ ਦੁੱਧ ਨੈੱਟ ਹੈਗਾ ਉੱਥੇ, ਠੀਕ ਆ, ਪਰ ਆਪਾਂ 6 ਹੀ ਆਖਾਂ। ਅੱਗੇ ਸੂਹੇ ਕਿਨਵੇਂ ਲਈ ਗੱਪਣ ਆਪਣਾ? ਇਹ ਸੂਹੇ ਤੀਜੇ ਸੂਹੇ ਹੁਣ ਸੁਣੀ ਹੈਗਾ। ਤੀਜਾ ਸੁਣਾ ਜੀ? ਹਾਂਜੀ। ਅੱਛਾ, ਮੰਨਣਾ ਵੇਖਣ ਨੂੰ ਭਾਵੇਂ ਕੋਈ ਚੌਥਾ ਆਖਦੇ, ਤੀਜਾ ਖੋਖ ਲੱਥਣ ਕਰਕੇ ਥੋੜਾ ਜਿਹਾ ਲੱਗਦੀ ਹੈ, ਉਸ ਤਰ੍ਹਾਂ ਪਰ ਸੂਹਾ ਤੀਜਾ, ਠੀਕ ਆ। ਸੂਹਾ ਵੀਰ ਸ਼ਮਸ਼ੇਰ ਕਹਿੰਦਾ ਵੀ ਤੀਜਾ ਜਿਹੜਾ ਦੋਸਤੋ ਅੱਗੇ ਜਿਹੜੀ ਬਣੀ ਆ ਉਹ ਤੀਜੇ ਲਈ ਮੰਨ ਲਓ, ਪਰ ਜੇ ਆਪਾਂ ਆਪਣੀ ਸੋਚ ਸਮਝਾ ਵੀ ਚੌਥੇ ਲਈ ਮੰਨ ਲਓ, ਵੀ ਚੌਥੇ ਲਈ ਬਣੀ ਸਮਝ ਲਓ, ਤੇ ਤੀਜੇ ਲਈ ਹੁਣ ਚੱਲਣ ਲਈ ਸਮਝ ਲਓ, ਤੀਜਾ ਮੰਨ ਲੈ, ਚੌਥਾ ਮੰਨ ਲੈ, ਤੇ ਬਾਕੀ 7 ਕਿਲੋ ਜਿਹੜਾ ਦੁੱਧ ਆ, ਬਾਕੀ 6 ਕਿਲੋ ਮੰਨ ਕੇ ਕੋਈ ਵੀਰ ਸੌਦਾ ਕਰਿਓ, ਠੀਕ ਆ। ਹਾਂਜੀ, ਦੁੱਧ 7 ਕਿਲੋ ਹੈ? ਹਾਂਜੀ, 3.5 ਤੋਂ 4 ਮਹੀਨੇ ਦਾ ਨੇੜ ਤੇੜ ਜਿਹੜਾ ਸਮਾਂ ਹੋ ਗਿਆ ਗੱਭਣ, ਤੇ ਬਾਕੀ ਜਿਹੜਾ ਦੋਸਤੋ ਭਾਂਡਾ ਭੁੰਡਾ ਵੇਖੋਗੇ ਤੁਸੀਂ ਥੱਲਿਓ, ਤੇ ਆਹ ਕਰੋ ਚੈੱਕ, ਆਹ ਦੇਖੋ, ਠੀਕ ਆ, ਤਾਂ ਥਣ ਥੁਣ ਵੇਖੋ ਤੁਸੀਂ ਵੀ, ਉਹ ਇਕੱਲੀ ਕਹਿਣ ਵਾਲੀ ਗੱਲ ਨਹੀਂ ਹੈਗੀ, ਵੀ ਸੋਹਣਾ ਜਿਹੜਾ ਥਣ ਥੁਣ ਹੈਗਾ ਥੱਲੇ ਲੇਵਾ ਸੋਹਣਾ, ਬਾਕੀ ਤੋਰ ਕੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ, ਪਤਾ ਲੱਗ ਜੂਗਾ ਹੋਰ ਤਾਂ ਸਮਝ। ਲਾਡੀ ਵੀਰ ਖੋਲ੍ਹ ਕੇ ਉਹਨੂੰ ਦਿਖਾਈਏ ਕਿ ਤੋਰ ਕੇ, ਆਹ ਕਰੋ ਚੈੱਕ ਜੀ, ਆਹ ਦੇਖੋ ਜੀ, ਠੀਕ ਆ, ਲੇਵਾ ਲੂਵਾ ਜਿਹੜਾ ਦੋਸਤੋ ਕਮਾਲ ਦਾ ਹੈ, ਠੀਕ ਆ, ਤੋਕੜ ਗੱਪਣ ਮਾਝਾ, ਠੀਕ ਆ, ਅਤੇ ਕੱਟਾ ਜਿਹੜਾ ਤੁਸੀਂ ਨਾਲ ਆ ਦੇਖ ਸਕਦੇ ਹੋ, ਨਾਲ ਕੱਟਾ ਵੀ, ਠੀਕ ਆ, ਅਤੇ ਦੋਨੋਂ ਟਾਈਮ ਮਿਲਦੀ ਨਾ ਬਈ ਲਾਡੀ? ਕੱਟੇ 'ਤੇ ਮਿਲਦੀ ਆ, ਅਤੇ ਹਵਾਨਾ ਜਿਹੜਾ ਦੋਸਤੋ ਕਿਸੇ ਗੱਲੋਂ ਵੀ ਤੁਹਾਨੂੰ ਸ਼ੱਕ ਨਹੀਂ ਹੋਊਗਾ ਵੀ ਕੋਈ ਵੱਧ ਘਾਟ ਜਾਂ ਕੋਈ ਬਾਈ ਸਾਈਡ ਵਾਲਾ ਕੰਮ ਹੀ ਨਹੀਂ ਹੈਗਾ, ਠੀਕ ਆ, ਪੱਧਰ ਜਿਹੜਾ ਦੋਸਤੋ ਥਣਲੇਵਾ, ਅਤੇ ਆਹ ਫੇਸ ਕੁਆਲਿਟੀ ਦੇਖੋ, ਆਹ ਬੱਚਾ ਜੀ, ਠੀਕ ਆ, ਮਗਰ ਕੱਟਾ, ਆਹ ਤੁਹਾਨੂੰ ਆਪਾਂ ਤੋੜ ਕੇ ਦਿਖਾਉਣੇ ਆ, ਆਹ ਦੇਖੋ ਜੀ, ਵੀ ਥੱਲਿਓ ਤਾਂ ਜਿਹੜੀ ਦੋਸਤੋ ਕਹਿੰਦੇ ਨਾ ਵੀ ਉਹ ਕਮਾਲਾਂ ਕਰੀ ਬੈਠੀ ਆ ਮੱਝ, ਬੇਸ਼ੱਕ ਅੱਗੇ ਚੌਥੇ ਸੂਬੇ ਲਈ ਤੁਸੀਂ ਗੱਭਣ ਮੰਨ ਲਿਓ, ਹੁਣ ਪ੍ਰੈਜੈਂਟ ਟਾਈਮ ਜਿਹੜੀ ਆ 3ਜੇ ਸੂਬੇ ਦੇ ਵਿੱਚ ਚੱਲਦੀ ਪਈ ਆ, ਇਹ ਮੰਨ ਕੇ ਜਿਹੜੀ ਖਰੀਦ ਸਕਦੇ ਹੋ, ਅਤੇ ਰੇਟ ਵੀ ਜਿਹੜਾ ਅੱਧ ਤੋਂ ਵੱਧ ਆ, ਅਤੇ ਦੁੱਧ ਜਿਹੜਾ ਜੇਕਰ ਦੋਸਤੋ ਅਜੇ 6 ਕਿਲੋ ਚਵਾ ਰਹੀ ਆ, ਅਤੇ ਟਾਈਮ ਹਜੇ ਦੁੱਧ ਕਾਫੀ ਚਵਾ ਜੂਗੀ, ਠੀਕ ਆ, ਬਾਕੀ ਹਰ ਇੱਕ ਵੀਰ ਦੀ ਆਪੋ ਆਪਣੀ ਸੇਵਾ, ਆਹ ਦੇਖੋ, ਬਾਕੀ ਧਾਰਾਂ ਮਾਰ ਕੇ ਆਪਾਂ ਇਹ ਵੀ ਮੱਝ ਚੈੱਕ ਕਰਾ ਦਿੰਦੇ ਹਾਂ ਥਣਾਂ ਦੀ। ਸੋ ਕੱਟਾ ਜਿਹੜਾ ਦੋਸਤੋ ਬੇਸ਼ੱਕ ਤੁਸੀਂ ਵੇਖੋ ਪਲਿਆ ਪਲਿਆ ਮਗਰ ਕੱਟਾ, ਇਹ ਲਾ ਦਿੰਦੇ ਹਾਂ, ਬਾਅਦ 'ਚ ਆਪਾਂ ਤੁਹਾਨੂੰ ਧਾਰਾਂ ਮਾਰ ਕੇ ਚੈੱਕ ਕਰਵਾਉਂਦੇ ਹਾਂ। ਲਓ ਜੀ, ਠੀਕ ਆ, ਪਸਮਾ ਹੋਣ ਤੋਂ ਬਾਅਦ ਦੋਸਤੋ ਥਣ ਦੀ ਸ਼ੇਪ ਵੇਖੋ, ਆਕਾਰ ਵੇਖੋ, ਚਲੋ।
ਜਾਂ ਮਗਰਲੇ ਥਾਣਾ ਦੀ ਚਵਾਈ ਦੇਖ ਸਕਦੇ ਹੋ ਜੀ। ਠੀਕ ਹੈ ਜੀ, ਠੀਕ ਆ। ਚਵਾਈ ਜਿਹੜੀ ਆ ਦੋਸਤੋ ਬੈਸਟ ਲੱਗੀ ਆ, ਬਹੁਤ ਵਧੀਆ ਚਵਾਈ ਆ, ਠੀਕ ਆ ਜੀ। ਅਤੇ ਤੋਕੜ ਗੱਬਣ ਜਿਹੜੀ ਆ ਤੁਹਾਨੂੰ ਲਾਸਟ ਫਾਈਨਲ 'ਤੇ ਆਪਾਂ ਜਿਹੜੀ ਦੋਸਤੋ ਹਿਮਾਚਲ ਦਿਖਾਤੀ ਆ। ਰੇਟ ਭਾਅ ਪੜਤਾ ਆਪਾਂ ਪੁੱਛਦੇ ਹਾਂ ਭਾਅ ਜੀ, ਕੀ ਲੈਣ ਦੇਣ ਫਿਰ ਉਹਦਾ ਕੀ ਰੱਖਤਾ ਜੀ? ਇਹਦਾ ਵੀ ਜੀ ਫੁੱਲ ਤਾਂ ਕਰਦੇ 55,000 ਦੀ। ਹਾਂਜੀ, ਜਿਹੜਾ ਦੇਣ ਲੈਣੇ ਉਹ ਆਪਾਂ 53,000 ਦੀ ਦੇ ਦਾਂ। 53,000 ਦੀ? ਹਾਂਜੀ, 53,000। ਹਾਂ ਨਾ ਜੀ, ਹਾਂਜੀ ਹਾਂ ਨਾ, ਜਿਹੜੀ 53,000 ਦੀ, ਠੀਕ ਆ, 53,000 ਦੀ ਹੈ, ਠੀਕ ਆ। ਅਤੇ ਅੱਗੇ ਆਸੇ ਵੀ ਹੈਗੀ ਆ ਦੋਸਤੋ ਬਿਲਕੁਲ ਜਿਹੜੀ ਆ ਗੱਬਣ ਆ, ਅਤੇ ਦੁੱਧ ਵੀ ਥੱਲੇ ਹੈਗਾ ਚੰਗਾ, ਥਣ ਲਿਆ ਵਾ ਤੁਸੀਂ ਵੇਖ ਲਿਆ ਕਮਾਲ ਦਾ, ਠੀਕ ਆ, ਅਤੇ ਥਣ ਤੁਹਾਨੂੰ ਵਧੀਆ, ਅਤੇ ਬਾਕੀ ਆਪਦੀ ਤਸੱਲੀ ਤੁਸੀਂ ਘਰ ਪਹੁੰਚ ਕੇ ਕਰ ਲਿਓ। ਅਤੇ ਭਾਅ ਜੀ ਸ਼ਮਸ਼ੇਰ ਇੱਕ ਆਪਣੇ ਨੰਬਰ ਜ਼ਰੂਰ ਦੇ ਦਈਏ ਜੀ। ਆਪਣਾ ਨੰਬਰ ਹੈਗਾ 88752083769984805। ਠੀਕ ਹੈ ਜੀ, ਇਹ ਨੰਬਰਾਂ 'ਤੇ ਦੋਸਤੋ ਤੁਸੀਂ ਜਿਹੜਾ ਕੰਟੈਕਟ ਕਰਨਾ ਹੈਗਾ ਅਤੇ ਨੰਬਰਾਂ 'ਤੇ ਸੰਪਰਕ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ। 3 ਪਸ਼ੂ ਤੁਹਾਨੂੰ ਦਿਖਾਏ ਆ, ਪਸੰਦ ਆਉਣਗੇ, ਠੀਕ ਆ ਜੀ। ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।